ਅੱਜ ਦਾ? ਦੇਖੋ, ਇਲੈਕਸ਼ਨ ਦੀ ਅਸੀਂ ਪੂਰੀ ਤਿਆਰੀ ਕਰ ਚੁੱਕੇ ਹਾਂ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਇਹ ਕੋਸ਼ਿਸ਼ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਖਾਹਿਸ਼ ਮੁਤਾਬਕ ਤੀਸਰਾ ਬਦਲ ਜਿਹੜਾ ਪੰਜਾਬ ਵਿੱਚ ਦੇਈਏ, ਜਿਹਦੇ ਵਾਸਤੇ ਅਸੀਂ ਯਤਨ ਕੀਤੇ ਆ। 4-5 ਮੀਟਿੰਗਾਂ ਅਸੀਂ ਪੰਜਾਬ ਡੈਮੋਕਰੇਟਿਕ ਅਲਾਇੰਸ ਨਾਲ ਵੀ ਕੀਤੀਆਂ ਅਤੇ ਆਮ ਆਦਮੀ ਪਾਰਟੀ ਨਾਲ ਵੀ 5-6 ਮੀਟਿੰਗਾਂ ਕੀਤੀਆਂ। ਉਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਨ ਵਾਸਤੇ, ਜਿਹਦੇ ਵਿੱਚ ਪੰਜਾਬ ਡੈਮੋਕਰੇਟਿਕ ਅਲਾਇੰਸ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਇਹ ਸਾਰੇ ਜਣੇ ਇੱਕ ਮੰਚ 'ਤੇ ਇਕੱਠੇ ਹੋਏ। ਲੇਕਿਨ ਮੈਂ ਸਮਝਦਾ ਸਾਡੀ ਵੀ ਬਦਕਿਸਮਤੀ ਆ ਔਰ ਪੰਜਾਬ ਦੀ ਵੀ ਬਦਕਿਸਮਤੀ ਆ ਕਿ ਜੋ ਲੋਕ ਚਾਹੁੰਦੇ ਸੀ ਪੰਜਾਬ ਦੇ, ਉਹ ਅਸੀਂ ਨਹੀਂ ਕਰ ਸਕੇ। ਬੜੀਆਂ ਸੁਹਿਰਦ ਕੋਸ਼ਿਸ਼ਾਂ ਕੀਤੀਆਂ ਨੇ, ਲੇਕਿਨ ਉਹਦੇ ਵਿੱਚ ਅਸੀਂ ਕਾਮਯਾਬ ਨਹੀਂ ਹੋਏ ਅਤੇ ਹੁਣ ਅਸੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆਪਣੇ ਤੌਰ 'ਤੇ ਇਕੱਲਾ ਪੰਜਾਬ ਦੀ ਪੰਜਾਬ ਆਪਣੇ ਪਾਰਲੀਮੈਂਟ ਇਲੈਕਸ਼ਨ ਲੜੀ। ਕਿੰਨੇ ਕੈਂਡੀਡੇਟ ਖੜਾਉਂਗੇ ਜੀ ਪੰਜਾਬ? 2 ਕੈਂਡੀਡੇਟ ਅਸੀਂ ਹੁਣ ਤੱਕ ਅਨਾਊਂਸ ਕੀਤੇ ਆ। ਦੂਸਰੇ ਇਸ ਕਰਕੇ ਅਨਾਊਂਸ ਨਹੀਂ ਕੀਤੇ ਕਿਉਂਕਿ ਸਾਡੀ ਗੱਲਬਾਤ ਚੱਲ ਰਹੀ ਸੀ, ਹੁਣ ਕਿਉਂਕਿ ਸਾਰਿਆਂ ਨਾਲ ਗੱਲ ਖਤਮ ਹੋ ਚੁੱਕੀ ਆ। ਥੋੜ੍ਹੇ ਦਿਨਾਂ ਤੱਕ ਅਸੀਂ ਪਾਰਟੀ ਮੀਟਿੰਗ ਕਰੇਗੀ ਹਾਈਕਮਾਂਡ, ਉਹਦੇ ਵਿੱਚ ਫੈਸਲਾ ਕਰਾਂਗੇ ਕਿ ਕਿੰਨੀਆਂ ਸੀਟਾਂ ਪੰਜਾਬ ਦੀਆਂ ਲੈਣ। ਜਨਰਲ ਜੇ ਜੇ ਸਿੰਘ ਉਹਨਾਂ ਦੇ ਮੁਕਾਬਲੇ 'ਤੇ ਸਾਡੇ ਉਮੀਦਵਾਰ ਨੇ, ਲੇਕਿਨ ਮੈਂ ਸਮਝਣਾ ਬਾਦਲ ਦਲ ਨੇ ਇੱਕ ਕੁੜੀ ਮਾਰ ਨੂੰ ਟਿਕਟ ਦਿੱਤੀ ਆ, ਜਿਹਦਾ ਸਿੱਖੀ ਵਿੱਚ ਕੁੜੀ ਮਾਰ ਲੜੀ ਮਾਰਨਾ ਕੋਈ ਸਿੱਖ ਨਾਤਾ ਹੀ ਨਹੀਂ ਰੱਖ ਸਕਦਾ, ਅਤੇ ਉਹਨੂੰ ਪਾਰਲੀਮੈਂਟ ਦੀ ਟਿਕਟ ਦੇ ਕੇ ਜਿਤਾਉਣ ਦੀ ਕੋਸ਼ਿਸ਼ ਕਰਨੀ, ਇਹ ਸਿੱਖ ਸਿਧਾਂਤਾਂ ਦੀ ਅਵੱਗਿਆ ਹੈ। ਔਰ ਮੈਂ ਤਾਂ ਇੱਥੋਂ ਤੱਕ ਕਹੂੰਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਇਹਦੇ ਵਿੱਚ ਇੰਟਰਵਿਊ ਕਰਨਾ ਚਾਹੀਦਾ, ਔਰ ਅਕਾਲੀ ਦਲ ਦਾ ਪ੍ਰਧਾਨ ਜਿਹਨੇ ਇਹਦੀ ਘੋਸ਼ਣਾ ਕੀਤੀ ਆ ਉਹਨੂੰ ਅਕਾਲ ਤਖਤ 'ਤੇ ਆਪਣੇ ਤਲਬ ਕਰਨਾ ਚਾਹੀਦਾ। ਤੁਸੀਂ ਵੀ ਉਸ ਪਾਰਟੀ ਦੇ ਵਿੱਚ ਰਹੇ, ਹੁਣ ਵਿਰੋਧ ਕਰ ਰਹੇ, ਹੁਣ ਛੱਡਣ ਤੋਂ ਬਾਅਦ ਲੱਗਦਾ ਨਹੀਂ ਅਸੀਂ ਅੱਜ ਵੀ ਉਹੀ ਪਾਰਟੀ ਆ ਸਾਡੀ, ਅਸੀਂ ਕੋਈ ਪਾਰਟੀ ਛੱਡੀ ਨਹੀਂ, ਅਸੀਂ ਸ਼੍ਰੋਮਣੀ ਅਕਾਲੀ ਦਲ ਹੀ ਹਾਂ ਔਰ ਮਰਦੇ ਦਮ ਤੱਕ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਰਹਿਣਾ। ਅਸੀਂ ਬਾਦਲ ਨੂੰ ਛੱਡਿਆ, ਬਾਦਲ ਪਰਿਵਾਰ ਨੂੰ ਛੱਡਿਆ, ਜਿਨ੍ਹਾਂ ਨੇ ਸਿੱਖ ਸਿਧਾਂਤਾਂ ਦਾ ਘਾਣ ਕੀਤਾ ਹੈ, ਜਿਨ੍ਹਾਂ ਨੇ ਆਪਣੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਘਾਣ ਕੀਤਾ, ਉਸ ਚੇਅਰ ਦਾ ਅਪਮਾਨ ਕੀਤਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਆਸੀਕਰਨ ਕੀਤਾ ਹੈ, ਅਕਾਲੀ ਦਲ ਦਾ ਉਹ ਹਸ਼ਰ ਕੀਤਾ ਜਿਹੜਾ ਅੱਜ ਤੱਕ ਕਦੀ ਨਹੀਂ ਹੋਇਆ। ਰਾਜ ਭਾਗ ਕਰਨ ਵਾਲੀ ਪਾਰਟੀ ਤੀਸਰੇ ਨੰਬਰ 'ਤੇ ਆਵੇ ਅਤੇ 117 'ਚੋਂ 15 ਸੀਟਾਂ 'ਤੇ ਸਿਮਰ ਜਾਵੇ, ਇਹ ਹਾਲ ਕੀਤਾ ਬਾਦਲ ਦਲ ਨੇ। ਫਿਰ ਅਸੀਂ ਪਹਿਲਾਂ ਪਾਰਟੀ ਦੇ ਵਿੱਚ ਰਹਿ ਕੇ ਲੜਾਈ ਲੜੀ ਕਿ ਤੁਸੀਂ ਗੈਰ ਸਿਧਾਂਤਕ ਗੱਲਾਂ ਕਰ ਰਹੇ ਹੋ, ਪਾਰਟੀ ਮਰ ਜਾਏਗੀ। ਜਦੋਂ ਉਹਨਾਂ ਨੇ ਸਾਡੀ ਗੱਲ ਨਹੀਂ ਮੰਨੀ, ਫਿਰ ਉਹਨਾਂ ਸਿਧਾਂਤਾਂ ਨੂੰ ਕਾਇਮ ਰੱਖਣ ਵਾਸਤੇ ਅੱਜ ਅਸੀਂ ਅਕਾਲੀ ਦਲ ਟਕਸਾਲੀ ਬਣਾ ਕੇ ਲੜਾਈ ਲੜ, ਤਾਂ ਕਿ ਅਕਾਲੀ ਦਲ ਨਾ ਮਰ ਜਾਏ। ਅਕਾਲੀ ਦਲ ਦਾ ਇੱਕ ਸ਼ਾਨਾ ਮੱਟਾ ਇਤਿਹਾਸ ਹੈ, ਇਹ ਸ਼ਹੀਦਾਂ ਦੀ ਜਥੇਬੰਦੀ ਹੈ, ਸ਼ਹੀਦਾਂ ਦੀ ਖੂਨ 'ਤੇ ਬਣੀ ਆਪਣੇ ਜਥੇਬੰਦੀ ਆ। ਅਸੀਂ ਅਕਾਲੀ ਦਲ ਨਹੀਂ ਮਰਨ ਦੇਣਾ ਕਦੀ ਵੀ ਪੰਜਾਬ ਵਿੱਚੋਂ, ਇਹੀ ਸਾਡੀ ਲੜਾਈ। ਏਜੰਡਾ ਕੀ ਲੈ ਕੇ ਚੱਲੇ ਹੋ ਪਾਰਟੀ ਦਾ, ਜੇਕਰ ਤੁਸੀਂ ਨਹੀਂ ਚੋਣ ਲੜ ਰਹੇ, ਤੁਸੀਂ ਉਸ ਕੈਂਡੀਡੇਟਾਂ ਨੂੰ ਜਿਹੜੇ ਆ ਤੁਸੀਂ ਆਪਣੇ ਜਿਹੜੇ? ਥੋੜ੍ਹੇ ਦਿਨਾਂ ਤੱਕ ਅਸੀਂ ਆਪਣਾ ਇਲੈਕਸ਼ਨ ਮੈਨੀਫੈਸਟੋ ਜਿਹੜਾ ਉਹ ਜਾਰੀ ਕਰਾਂਗੇ, ਜਿਹਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਲਈ ਕੀ ਕਰਾਂਗੇ ਜੇ ਗੁਰੂ ਮਹਾਰਾਜ ਕੋਈ ਸੇਵਾ ਦਿੰਦੀ ਆ, ਅਤੇ ਫਿਰ ਇਹ ਐਲਾਨ ਜਿਹੜਾ ਥੋੜ੍ਹੇ ਦਿਨਾਂ ਤੱਕ। ਬੇੜਾ ਗਰਕ ਕਿਉਂ ਹੋਇਆ ਅਕਾਲੀ ਦਲ ਦਾ? ਇਹ ਸੁਖਬੀਰ ਦੇ ਇਹਨਾਂ ਕਾਰਨਾਮਿਆਂ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਹੋਇਆ। ਉਹ ਅੱਜ ਵੀ ਇਸ ਆਸ ਵਿੱਚ ਆ ਕਿ ਮੈਂ ਜਿਹੜਾ ਬਲਾਤਕਾਰੀ ਸੌਦਾ ਸਾਧ ਆ ਉਹਦੇ ਡੇਰੇ ਦੀ ਮੱਤ ਅੱਜ ਵੀ ਲੈਣ ਨੂੰ ਤਿਆਰ ਨਹੀਂ। ਮੈਨੂੰ ਇਹ ਅਤਲਾਵਾਂ ਨੇ ਕਿ ਮਾਲਵੇ ਵਿੱਚ ਜਿੰਨੀਆਂ ਵੀ ਉਹਨਾਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ, ਉਹ ਸੌਦੇ ਸਾਧ ਦੇ ਜਿਹੜੇ ਪ੍ਰੇਮੀ ਆ ਉਹ ਉਹਨਾਂ ਮੀਟਿੰਗਾਂ 'ਚ ਸ਼ਾਮਿਲ ਹੋ ਰਹੇ ਆ, ਔਰ ਉਹਦੀ ਟੇਕ ਹੀ